ਕਹਿੰਦੇ ਮੰਦਰ ਜਾਣ ਡਿਆ ਸੀ ਅਤੇ ਆਪਾਂ ਖੁਦ ਮੈਂ ਵੇਖਿਆ ਨਹੀਂ ਹੈਗਾ, ਜੋ ਦੱਸਦੇ ਪਏ ਉਹ ਗੱਲ ਦੱਸਦਾ ਪਿਆ। ਮੰਦਰ ਜਾਣ ਡਿਆ ਸੀ ਅਤੇ ਕਹਿੰਦੇ ਉਸ ਟਾਈਮ ਇਹ ਚੀਜ਼ ਹੋਈ, ਕਹਿੰਦੇ ਕਿ ਉਹ ਬੱਚਾ ਡਰਾਈਵਿੰਗ ਕਰਦਾ ਪਿਆ। ਇਹ ਨਾ ਅਪਦੇਸ਼ ਕੁਮਾਰ ਉਰਫ ਮਿਸਤਰੀ ਇੱਥੇ ਰੈਂਟ 'ਤੇ ਰਹਿੰਦਾ, ਉਹਦੀ ਵਾਈਫ ਸੀਗੀ ਅਤੇ ਆਪਣੇ ਬੇਟੇ ਨੂੰ ਲੈ ਕੇ, 4 ਸਾਲ ਦਾ ਉਹਦਾ ਬੇਟਾ ਵਾ, ਉਹ ਮੰਦਰ ਚੱਲੇ ਸੀਗੇ। ਪਿੱਛੋਂ ਸਕੋਰਪੀਓ ਗੱਡੀ ਆਈ, ਗੱਡੀ ਬੋਲਣ ਨਹੀਂ ਡੇ, ਲੇਕਿਨ ਹੁਣ ਜਿਹੜੇ ਜਿਹੜੇ ਰਵੀ ਕੁਮਾਰ, ਰਵੀ ਜੀ ਕੀ ਗੱਲ ਕੀ ਹੋਈ ਘਟਨਾ ਜੀ ਵਾਪਰੀ? ਘਟਨਾ ਇਹ ਹੋਈ ਆ ਕਿ ਉਹ ਮੰਦਰ ਜਾਣ ਡੇ ਸੀ ਰੋਜ਼, ਉਹੀ ਜਿਹਨਾਂ ਦੇ ਮਤਲਬ ਐਕਸੀਡੈਂਟ ਹੋਏ ਆ, ਸਾਡੇ ਉੱਥੇ ਵਿਆਰਦੇ ਆ, ਸਾਡੇ ਨਾਲ ਹੀ ਮਤਲਬ, ਅਤੇ ਅਸੀਂ ਤੋਂ ਕੰਮਾਂ 'ਤੇ ਕਾਰ 'ਤੇ ਹੁੰਦੇ ਹਾਂ, ਸਿੱਧੀ ਗੱਲ ਆਪਾਂ 7 ਵਜੇ ਕੰਮ ਤੋਂ ਆਉਂਦੇ ਹਾਂ। ਇਹਨਾਂ ਦੇ ਪਿਓ ਵੀ ਕੰਮ 'ਤੇ ਗਏ ਸੀ, ਕੋਈ ਨਹੀਂ ਸੀ ਇੱਥੇ, ਅਤੇ ਕਹਿੰਦੇ ਮੰਦਰ ਜਾਣ ਡਿਆ ਸੀ ਅਤੇ ਆਪਾਂ ਖੁਦ ਮੈਂ ਵੇਖਿਆ ਨਹੀਂ ਹੈਗਾ, ਜੋ ਦੱਸਦੇ ਪਏ ਉਹ ਗੱਲ ਦੱਸਦਾ ਪਿਆ। ਮੰਦਰ ਜਾਣ ਡਿਆ ਸੀ ਅਤੇ ਕਹਿੰਦੇ ਉਸ ਟਾਈਮ ਇਹ ਚੀਜ਼ ਹੋਈ, ਕਹਿੰਦੇ ਕਿ ਉਹ ਬੱਚਾ ਡਰਾਈਵਿੰਗ ਕਰਦਾ ਪਿਆ, ਕਹਿੰਦਾ ਬੱਚੇ ਨੂੰ ਜਾਂਚ ਸਿਖਾਉਣ ਡੇ। ਆਹ ਸੜਕ ਜਾਂਚ ਸਿਖਾਉਣ ਵਾਲੀ ਆ, ਇਹ ਮੈਨੂੰ ਦੱਸੋ ਪਹਿਲੇ ਗੱਡੀ 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 ਜਿਹੜੀ ਲੈ ਗਈ ਆ, ਹੁਣ ਪੁਲਿਸ ਲੈ ਗਈ ਆ ਸਕਾਰਪੀਓ ਹੀ, ਉਹ ਗੱਡੀ ਰਣਜੀਤ ਕੌਰ। ਹਾਂਜੀ, ਇਹ ਭਾਅ ਜੀ ਸਾਡੇ ਘਰ ਕਿਰਾਏ 'ਤੇ ਰਹਿੰਦੇ ਰੈਂਟ 'ਤੇ, ਅਤੇ ਉਹਨਾਂ ਦੇ 2 ਬੇਟੇ 1 ਬੇਟੀ ਆ, ਅਤੇ ਮੰਦਰੇ ਚੱਲੀ ਸੀ, ਉੱਥੇ ਜਾਂਦਿਆਂ ਗੱਡੀ ਕੋਈ ਬੱਚਾ ਕੱਢਣ ਡਿਆ ਸੀ ਆਪਣੇ, ਅਤੇ ਉਹ ਗੱਡੀ ਦੇ ਨਾਲ ਹੀ ਬੱਚਾ ਸਿਆ। ਇਹਨਾਂ ਦੇ ਬੇਟੇ ਛੋਟੇ ਸੀ, 4 ਕੁ ਸਾਲ ਦਾ, 4 ਕੁ ਸਾਲ ਦਾ। ਸਾਨੂੰ ਤਾਂ ਬੱਗਾ ਹੈ, ਪਤਾ ਨਹੀਂ ਲੱਗਾ ਇਸ ਚੀਜ਼ ਉੱਤੇ ਬੈਠੇ ਹਨ, ਅਤੇ ਬਾਅਦ 'ਚ ਪਤਾ ਲੱਗਾ ਉਦੋਂ ਲੈ ਗਏ ਸੀਗੇ ਬੱਚੇ। ਬੜੀ ਉਹਨਾਂ ਨੇ ਕੀਤੀ ਉੱਦਾਂ ਹਵਾਸਤ ਮੁੰਡਿਆਂ ਨੇ, ਲੈ ਗਏ ਸੀ ਉਸੇ ਵੇਲੇ। ਇਹ ਨਾ ਅਪਦੇਸ਼ ਕੁਮਾਰ ਉਰਫ ਮਿਸਤਰੀ ਇੱਥੇ ਰੈਂਟ 'ਤੇ ਰਹਿੰਦਾ, ਉਹਦੀ ਵਾਈਫ ਸੀਗੀ ਅਤੇ ਆਪਣੇ ਬੇਟੇ ਨੂੰ ਲੈ ਕੇ, 4 ਸਾਲ ਦਾ ਉਹਦਾ ਬੇਟਾ ਵਾ, ਉਹ ਮੰਦਰ ਚੱਲੇ ਸੀਗੇ। ਪਿੱਛੋਂ ਸਕੋਰਪੀਓ ਗੱਡੀ ਆਈ, ਗੱਡੀ ਨੇ ਉਹਨਾਂ ਨਾਲ ਐਕਸੀਡੈਂਟ ਹੋਇਆ ਵਾ, ਉਹਦਾ ਬੇਟਾ ਸੀਰੀਅਸ ਸੀਗਾ, ਜਿਹਨੂੰ ਅੰਮ੍ਰਿਤਸਰ ਲੈ ਕੇ ਗਏ, ਜਿਹਦੀ ਡੈਥ ਹੋ ਗਈ ਹੈ, ਅਤੇ ਵਾਈਫ ਉਹਦੀ ਦਾ ਗਿੱਟਾ ਫ੍ਰੈਕਚਰ ਹੋਇਆ ਅਤੇ ਸੋਨੀਆ ਅਤੇ ਉਹਦੇ ਵੀ ਸੱਟਾਂ ਲੱਗੀਆਂ ਨੇ। ਅਸੀਂ ਬਿਆਨ ਲਿਖ ਕੇ ਪਰਚਾ ਦੇ ਰਹੇ ਹਾਂ, ਅਗਲੀ ਕਾਰਵਾਈ ਕਰੀਏ। ਦੇਖੋ ਇਹ ਤਾਂ ਹੁਣ ਇਨਵੈਸਟੀਗੇਸ਼ਨ ਕਰਨ 'ਤੇ ਪਤਾ ਲੱਗੂਗਾ ਵੀ ਓਵਰ ਸਪੀਡ ਸੀਗਾ ਕਿੱਦਾਂ। ਨਹੀਂ, ਗੱਡੀ ਅਸੀਂ ਕਬਜ਼ੇ 'ਤੇ ਲੈ ਲਈ ਹੈ, ਗੱਡੀ ਮਿਲ ਗਈ ਹੈ ਸਾਨੂੰ, ਅਤੇ ਕਬਜ਼ੇ ਲੈ ਲਈ ਗਾਂ, ਇਨਵੈਸਟੀਗੇਸ਼ਨ ਕਰਾਂਗੇ।